ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਬਜ਼ੁਰਗ ਮੈਂ ਆਪ ਜੀ ਨੂੰ ਬਖਾਰ ਰਿਹਾ ਹਾਂ ਇਹਨਾਂ ਦਾ ਨਾਮ ਭਾਈ ਬੱਗਾ ਸਿੰਘ ਪਿੰਡ ਪਖੋਪੁਰ ਹੈ ਪਹਿਲਾਂ ਤੇ ਲੰਮੇ ਸਮੇਂ ਤੋਂ ਦਿਮਾਗੀ ਹਾਲਤ ਜਿਹੜੀ ਠੀਕ ਨਹੀਂ ਸੀ ਤੇ ਫਿਰ ਪਿਆਰੀ ਸਾਧ ਸੰਗਤ ਜੀ ਚੂਲੇ ਤੇ ਸੱਟ ਲੱਗ ਗਈ ਫਿਰ ਅਟੈਕ ਹੋ ਗਿਆ ਉਦੋਂ ਤੋਂ ਇਹ ਬਜ਼ੁਰਗ ਮੰਜੇ ਤੇ ਐ ਪਰਿਵਾਰ ਦੀ ਹਾਲਤ ਜਿਹੜੀ ਬਹੁਤ ਮਾੜੀ ਐ ਕਮਾਈ ਦੇ ਸਾਧਨ ਘੱਟ ਹੋਣ ਕਰਕੇ ਇਲਾਜ ਜਿਹੜਾ ਪ੍ਰੋਪਰ ਨਹੀਂ ਹੋ ਰਿਹਾ ਮੈਂ ਗੁਰੂਕੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜੇ ਕੋਈ ਗੁਰਮੁਖ ਪਿਆਰਾ ਮਦਦ ਕਰਨਾ ਚਾਹਵੇ ਤੇ ਇਹਨਾਂ ਦੀ ਮਦਦ ਕਰੇ ਕਿਉਂਕਿ ਪਰਿਵਾਰ ਦੀ ਹਾਲਤ ਜਿਹੜੀ ਠੀਕ ਨਹੀਂ ਇਹਨਾਂ ਦੇ ਧਰਮ ਪਤਨੀ ਬੀਬੀ ਸਵਰਨਕੌਰ ਇਹਨਾਂ ਦੇ ਵੀ ਚੂਲੇ ਤੇ ਹੀ ਸੱਟ ਲੱਗੀ ਆ ਪਰਿਵਾਰ ਬਿਮਾਰੀਆਂ ਦੇ ਨਾਲ ਬੜਾ ਜੂਝ ਰਿਹਾ ਹੈ ਤੇ ਆਪ ਜੀ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਇਲਾਜ ਹੋ ਸਕੇ ਬਜ਼ੁਰਗ ਜਿਹੜਾ ਹੈ ਇਹ ਤੇ ਏਦਾਂ ਹੀ ਪ੍ਰੋਪਰ ਮੰਝੇ ਤੇ ਹੀ ਹੈ ਤੇ ਬੜਾ ਦੁਖਦਾਈ ਮਾਹੌਲ ਜਿਹੜਾ ਉਹ ਹੈ ਆਪ ਜੀ ਨੂੰ ਬੇਨਤੀ ਹੈ ਵੱਧ ਤੋਂ ਵੱਧ ਮਦਦ ਕਰੋ ਇਹ ਦੋਵੇਂ ਜੀ ਮੰਝੇ ਤੇ ਬੈਠੇ ਹਨ ਤੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈ ਨਾ ਉਹ ਵੀ ਬੜਾ ਮੁਸ਼ਕਲ ਚੱਲ ਰਿਹਾ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ